ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਚਵਿੰਡਾ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਹਰਪਾਲ ਵੀਰ ਕੋਲ ਆਪਾਂ ਪਹੁੰਚ ਚੁੱਕੇ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਗਾਵਾਂ ਦਿਖਾਉਣੀਆਂ, ਜਿਨ੍ਹਾਂ ਦੇ ਵਿੱਚ 2 ਸੂਈਆਂ ਅਤੇ 1 ਤੁਹਾਨੂੰ ਗੱਭਣ ਦਿਖਾਵਾਂਗੇ। ਗੱਲਬਾਤ ਹੁਣ ਆਪਾਂ ਵੀਰ ਨਾਲ ਕਰਦੇ ਹਾਂ, ਪੁੱਛਦੇ ਹਾਂ ਸਾਰੀ ਡਿਟੇਲ। ਦੱਸਾਂ ਜੀ, ਜਿਹੜਾ ਸਾਨੂੰ ਥੋੜ੍ਹਾ ਭੁਲੇਖਾ ਲੱਗ ਗਿਆ, ਆਹ ਤੋਕੜ ਤੁਹਾਨੂੰ ਇੱਕ ਐਂਡ 'ਤੇ ਦਿਖਾਉਣੀ, ਇਕੱਲੀ ਤੋਕੜ, ਅਤੇ ਬਾਕੀ 2 ਤੁਹਾਨੂੰ ਸੱਜਰਾਂ 'ਚ ਸੂਈਆਂ ਤੁਹਾਨੂੰ ਦਿਖਾਉਣੀਆਂ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ, ਸਤਿ ਸ਼੍ਰੀ ਅਕਾਲ। ਹੋਰ ਸੁਣਾਓ, ਠੀਕ ਠਾਕ ਜੀ? ਵਧੀਆ ਵਧੀਆ ਵੀਰ, ਤੁਸੀਂ ਸੁਣਾਓ? ਸਭ ਠੀਕ ਠਾਕ ਜੀ, ਠੀਕ ਠਾਕ। ਵਿਕ ਗਿਆ ਫਿਰ ਉੱਦਣ ਵਾਲਾ ਮਾਲ? ਉੱਦਣ ਵਾਲਾ ਵੀਰ ਜੀ ਮੇਰਾ ਅੱਧੇ ਘੰਟੇ ਦੇ ਵਿੱਚ ਪਹਿਲਾਂ ਵਿਕ ਗਿਆ। ਅੱਛਾ, ਅਤੇ ਅਗਲੇ ਦਿਨ ਫਿਰ 6-7 ਗਾਵਾਂ ਲਿਆਉਂਦੀਆਂ। ਆਹੋ, ਉੱਦਣ ਫੋਨ ਆਇਆ ਸੀ ਤੁਹਾਡਾ। ਹਾਂਜੀ ਹਾਂਜੀ, ਉੱਦਣ ਤੁਹਾਡੀ ਵੀਡੀਓ 'ਤੇ ਫਿਰ 7 ਵਿਕ ਗਈਆਂ। ਅੱਛਾ, ਉਸੇ ਵੀਡੀਓ 'ਤੇ? ਨਾ ਨਾ, ਉਸੇ ਵੀਡੀਓ 'ਤੇ। ਅਜੇ ਤੱਕ ਇੰਨਾ ਫੋਨ ਆਉਂਦਾ, ਝੂਠ ਹੀ ਮੰਨ ਜਾਂਦਾ। ਅੱਛਾ ਹਾਂਜੀ ਹਾਂਜੀ, ਭਾਅ 'ਚ ਵੀ ਜਾ ਜਾਂ ਅੱਗੇ ਨਾ ਭਾਅ, ਅੱਜ ਮੁਕਤੀ ਆ। ਅੱਛਾ, ਅੱਜ ਮੁਕਤ ਵਾਲਾ ਕੰਮ ਹੈ ਹਰਪ੍ਰੀਤ ਜੀ। ਠੀਕ ਹੈ ਹਾਂਜੀ। ਤੇ ਚਲੋ ਨਾਮ ਦੱਸਦੇ ਕਰੀ ਆਪਣਾ। ਨਾਮ ਮੇਰਾ ਹਰਪਾਲ ਸਿੰਘ ਜੀ, ਪਿੰਡ ਚਵਿੰਡਾ, ਜ਼ਿਲ੍ਹਾ ਅੰਮ੍ਰਿਤਸਰ, ਸ੍ਰੀ ਅਜਨਾਲਾ। ਤੇ ਫੋਨ ਨੰਬਰ ਬੋਲਦੇ ਕਰੀ? 4594-9595। ਠੀਕ ਹੈ, ਚਲੋ ਸ਼ੁਰੂਆਤ ਫਿਰ ਆਪਾਂ ਜਿਹੜੀ ਆ ਪਹਿਲੇ ਨੰਬਰ 'ਤੇ ਆ, ਇਹਦੇ ਤੋਂ ਹੀ ਆਪਾਂ ਕਰਨੀ ਆ। ਥਾਣੇ ਦੇਖ ਸਕਦੇ, ਕਾਫੀ ਸੋਹਣਾ ਇਹਦੇ ਕੋਲ ਥਣਾਂ ਦਾ ਸਾਈਜ਼ ਅਤੇ ਗੈਪ ਜਿਹੜਾ ਚੰਗਾ ਹੈ, ਅਤੇ ਮਿਲਕਵੇਨ ਵੀ ਜਿਹੜੀ ਸੋਹਣੀ ਦਿਖਦੀ ਆ। ਦੱਸੀਏ ਵੀਰ ਜੀ ਇਹਦੇ ਬਾਰੇ, ਇਹ ਜ਼ਿਆਦਾ ਕਿਸੇ ਚੰਗੀ ਸਾਂਭ ਵਾਲੇ ਘਰੋਂ ਆਈ ਆ, ਜਿਹੜੇ ਹਿਸਾਬ ਨਾਲ ਆਪਾਂ ਦੇਖ ਸਕਦੇ ਹਾਂ। ਦੇਖਣੀ 10,000 ਰੁਪਏ ਜੀ ਤੁਸੀਂ। ਚਿੱਚੜ ਬੜੇ ਪਏ ਹੈ ਨਾ ਇਹਨਾਂ, ਹੁਣ ਤੇ ਵੈਸੇ ਸੁੱਕੇ ਆ ਜ਼ਿਆਦਾ। ਮੈਂ ਹਰਪ੍ਰੀਤ ਜੀ ਜਦੋਂ ਵੀਰ ਕੋਲ ਵੱਛੀ ਲਈ ਸੀ ਨਾ ਇਹ, ਹਾਂਜੀ ਹਾਂਜੀ, ਤੇ ਇਹਦੇ ਕੋਲ ਇੰਨਾ ਚਿੱਚੜ ਸੀ, ਇਹਦੇ ਕੋਲ ਹਿਸਾਬ ਹੀ ਨਹੀਂ। ਅੱਛਾ, ਨਾ ਤੇ ਇਹਨੂੰ ਕੋਈ ਪੱਠੇ ਪਾਉਣ ਵਾਲਾ ਸੀ ਤੇ ਨਾ ਕੋਈ ਇਹਨੂੰ ਪਾਣੀ ਢਾਉਣ ਵਾਲਾ ਸੀ। ਅੱਛਾ, ਇਹ ਤਾਂ ਛਡਾ ਕੇ ਲਿਆਂਦੀ ਆ। ਅੱਛਾ, ਤੇ ਫਿਰ ਲਿਆ ਕੇ ਟੀਕੇ ਟੂਕੇ ਲਾਏ, ਹੁਣ ਤੇ ਚਿੱਚੜ ਮਰ ਗਏ। ਬਾਕੀ ਉਤਰਾ ਗਾਂ ਵੇਖੀਏ ਤੇ ਜਰਸੀਆਂ ਦੇ ਹਿਸਾਬ ਨਾਲ ਕੱਦ ਕਾਫੀ ਉੱਚਾ ਨਾ, ਵੇਖਣ ਚ ਉਤਰਾ ਚੰਗੇ ਰਿਕਾਰਡ ਵਾਲੀ ਆ, ਪਰ ਸਾਂਭੀ ਨਹੀਂ ਆ ਹਨਾ। ਵੀਰ ਜੀ ਮੈਂ ਦਵਾਈ ਤੋਂ ਗੱਭਣ ਸੀ ਗਾਂ, ਹਾਂਜੀ, 47,000 ਰੁਪਏ ਦੀ ਗਾਂ ਦਵਾਈ। ਅੱਛਾ, ਤੇ ਜਿਹੜੇ ਵੀਰ ਨੇ ਲਈ, ਚਲੋ ਵੀਰ ਮੇਰਾ ਬਾਹਰ ਚਲ ਗਿਆ। ਅੱਛਾ, ਤੇ ਗਾੜੀ ਮੁੜ ਕੇ ਕੇਅਰ ਨੇ ਬੰਦੇ ਨੇ ਕੀਤੀ ਉਹਨਾਂ ਦੇ ਨੇ। ਅੱਛਾ ਹਾਂਜੀ ਹਾਂਜੀ, ਠੀਕ ਹੈ। ਪਿਛਲੇ ਸੂਬੇ ਦਵਾਈ ਸੀ ਫਿਰ ਤੇ? ਪਿਛਲੇ ਸੂਬੇ ਦਵਾਈ ਸੀ। ਅੱਛਾ, ਤੇ ਮੈਂ ਨਾ ਇੱਥੇ ਜਵਾਨੀ ਗਾਂ ਦੀ ਗੱਲਾਂ, ਗਾਂ ਦੀਆਂ ਗੱਲਾਂ ਸੀ ਤੇ। ਅੱਛਾ, ਐਰ ਕਿਤੇ ਉਹਨਾਂ ਮਾਰ ਹੀ ਦਿੱਤੀ ਹੈ ਚਾਰਿਆਂ ਨੇ, ਭੁੱਖੀ ਮਾਰਦੇ ਕੋਲ ਚਿੱਚੜ ਵੇ ਘਰ ਵੀ ਗੱਲਾਂ। ਚਿੱਚੜ ਹੀ ਖਾ ਗਏ ਇਹਨਾਂ ਦੇ ਚਾਰ? ਤੇ ਚਲੋ ਸੁੱਕੇ ਆ। ਹਾਂਜੀ, ਹੁਣ ਤਾਂ ਸੁੱਕੇ ਆ ਨਾ। ਕਿੰਨਾ ਕੁ ਚਿਰ ਹੋਇਆ ਇਹਨੇ ਸੂਈ ਨਾ? ਅੱਜ ਸੂਈ ਨੂੰ ਹਰਪੀ ਜੀ ਨੇ 20 ਦਿਨ ਹੋ ਗਏ। 20 ਦਿਨ ਹੋ ਗਏ? ਹਾਂਜੀ। ਬੱਚਾ ਕੀ ਇਹਦੇ ਮਗਰ? ਮਗਰ ਬੱਚਾ ਹਰਪੀ ਜੀ। ਵੱਛਾ ਇਸ ਤਰ੍ਹਾਂ ਖੁੱਲਾ ਛੱਡਿਆ ਜੀ? ਉਹ ਰਾਤੀ ਹਰਪੀ ਜੀ ਰਹਿ ਗਿਆ ਮੀਂਹ ਚ। ਅੱਛਾ, ਤੇ ਮੀਂਹ ਚ ਰਹਿ ਗਿਆ, ਇਹਨੂੰ ਬੁਖਾਰ ਹੋ ਗਿਆ ਚਵਾਰੇ ਨੂੰ। ਅੱਛਾ ਹਾਂਜੀ ਹਾਂਜੀ, ਮੀਂਹ ਕਾਫੀ ਪੈ ਗਿਆ ਰਾਤੀ ਹਨਾ? ਕਾਫੀ ਪੈ ਗਿਆ। ਠੀਕ ਹੈ, ਤੇ ਕਿੰਨਾ ਦੁੱਧ ਗਾਂ ਦੇ ਕੋਲ? ਦੁੱਧ ਹਰਪੀ ਜੀ ਇਹਦੇ ਸਾਡਾ ਜਿਹੜਾ ਮਿਲਣਾ 9-10 ਕਿਲੋ ਆ। ਅੱਛਾ ਹਾਂਜੀ, 9-10 ਲੀਟਰ ਹੈਗਾ ਵਾ ਯਾਰ ਹਰਪੀ ਜੀ। ਤੇ ਵੱਧ ਸਕਦੀ ਹੈ ਹੋਰ ਕਿ ਨਹੀਂ? ਵੀ ਵੀਰ ਜੀ ਸਾਹ ਤੇ ਸਿਰ ਤੇ ਵੀਰ ਜੀ ਇਹਨੇ 12-13 ਕਿਲੋ ਦੁੱਧ ਭਰ ਦੇਣਾ। ਠੀਕ ਹੈ, ਖੋਲੋ ਹਾਂ ਫਿਰ ਤੋਰੀਏ। ਆ ਜਿਹੜਾ ਬੱਚਾ ਬੱਚਾ ਇਹਦੇ ਮਗਰ ਆ ਦੇ ਸਾਦੇ ਜੀ, ਚਿਹਰੇ ਦੀ ਵੀ ਸੋਹਣੀ ਹੈ। ਦੁੱਧ ਜਿਹੜਾ ਮੌਕੇ 'ਤੇ ਜਿਹੜਾ 9 ਲੀਟਰ ਦੱਸਦੇ ਆ, ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ 2-3 ਟਾਈਮ ਚਵਾਈ ਕਰਕੇ ਆਪਣੀ ਜ਼ਿੰਮੇਵਾਰੀ ਦੇ ਵਿੱਚ ਚੱਕ ਕੇ ਖੜੇ ਜੀ। ਫਿਰ ਵੀਰ ਜੀ ਕਿੰਨੇ ਚ ਪਹੁੰਚ ਕਰ ਦੇਣੀ ਇਹਦੀ? ਇਹਦੀ ਜਾਇਜ਼ ਹੀ ਹਰਪ੍ਰੀਤ ਜੀ। ਕਿੰਨੇ ਚ? ਇਹਦੀ 23,000 ਰੁਪਏ ਚ ਪਹੁੰਚ ਕਰ ਦੇਣੀ। ਅੱਛਾ, 23,000 ਚ ਪਹੁੰਚ ਜੀ ਕਰ ਦੇਣੀ ਹਰਪ੍ਰੀਤ ਜੀ। 100 ਕਿਲੋਮੀਟਰ ਤੱਕ? 100 ਕਿਲੋਮੀਟਰ ਤੱਕ। ਠੀਕ ਹੈ, ਗੱਲ ਹੈ ਹਰਪ੍ਰੀਤ ਜੀ, ਠੰਡੀ ਆ, ਜਿੱਧਰ ਮਰਜ਼ੀ ਕੋਈ ਬੰਦਾ ਨਹੀਂ ਪਾਉਣਾ। ਅੱਛਾ, ਜਿੱਧਰ ਮਰਜ਼ੀ ਕੋਈ ਵੀਰ ਭਰਾ ਪੈ ਜੀ, ਉਸ ਤਰ੍ਹਾਂ ਠੰਡੀ ਧੀਰੀ ਆ ਪੂਰੀ। ਠੰਡੀ ਧੀਰੀ ਬਿਲਕੁਲ। ਠੀਕ ਹੈ ਜੀ, ਤੇ ਹੁਣ ਜਿਹੜੀ ਆਪਾਂ ਦੂਸਰੇ ਨੰਬਰ ਤੇ ਦਿਖਾਉਣੀ ਆ, ਇਹ ਜਰਸੀ ਸਾਹੀਵਾਲ ਕ੍ਰੋਸ ਆ ਜਿਹੜੀ ਹਨਾ, ਤੇ ਥਾਂ ਇਹਦੇ ਤੁਹਾਨੂੰ ਲੱਗ ਰਿਹਾ ਦਿਖਾ ਦਈਏ। ਇੱਕ ਵੀਰ ਜੀ ਵਿੱਚ ਛਾਂਗ ਜੀ ਲੱਗੀ, ਕੋਈ ਗਲਤ ਨਹੀਂ ਉਹਦੀ? ਨਾ ਨਾ ਵੀਰ ਜੀ, ਉਹ ਵੀ ਚੱਲਦੀ। ਤੇ ਬਾਕੀ ਥਾਂ ਦੇਖ ਸਕਦੇ ਜੀ ਇਹਦੇ। ਇਹਦਾ ਵੀਰ ਜੀ ਕਿੰਨਵਾਂ ਸੂਆ ਜੀ? ਦੂਜਾ ਸੂਆ 70,000 ਰੁਪਏ ਜੀ। ਕਿੰਨਾ ਕੁ ਚਿਰ ਹੋਇਆ ਇਹਨੇ ਸੂਈ ਨੂੰ? ਅੱਜ ਹਰ ਵੀਰ ਜੀ 5-6 ਦਿਨ ਹੋ ਗਏ। 5-6 ਦਿਨ ਹੋ ਗਏ। ਬੱਚਾ ਕੀ ਇਹਦੇ ਮਗਰ? ਮਗਰ ਬੱਚੀ ਹਰ ਵੀਰ ਜੀ, ਜਰਸੀ ਦੀ ਬੜੀ ਚੰਗੀ। ਅੱਛਾ, ਆਹ ਜਰਸੀ ਬੱਚੀ ਆ ਜਿਹੜੀ ਇਹਦੇ ਮਗਰ, ਸੋਹਣੀ ਬੱਚੀ ਆ ਜਿਹੜੀ, ਇਹ ਵੀ ਥੋੜੀ ਸਾਹੀਵਾਲ ਨਾਲ ਕ੍ਰੋਸ ਹੀ ਆ। ਤੇ ਕਿੰਨਾ ਦੁੱਧ ਵੀਰ ਜੀ ਇਹਦੇ ਕੋਲ? ਠੀਕ ਹੈ,
ਇਹਦਾ ਕੀ ਮੁੱਲ ਰੱਖਣਾ ਫਿਰ? ਇਹਦਾ ਵੀ ਜਾਇਜ਼ ਹੋਵੇ ਜੀ। ਕਿੰਨਾ ਕੁ? ਇਹ 26000 ਚ ਪਹੁੰਚ ਕਰ ਦੇਣਾ। ਅੱਛਾ, ਹਾਂਜੀ ਹਾਂਜੀ, 26 ਚ ਪਹੁੰਚ ਕਰ ਦੋਗੇ? 26 ਪਹੁੰਚ ਕਰ ਦੇਣਾ ਵੀ ਜੀ। ਲਿਆ ਫਿਰ ਖੋਲੋ ਹਾਂ ਤੋਰੀ ਇਹਨਾਂ 26000 ਚ ਪਹੁੰਚ, ਜਿਹੜੀ ਕਹਿੰਦੇ ਕਿ ਇਹਦੀ ਕਰ ਦੇਵਾਂਗੇ। ਤੇ ਥਣ ਥੁਣ ਵੀਰ ਜੀ ਪੂਰੇ ਹੀ ਆ? ਸਾਰਾ ਬਰੋਬਰ ਹੈ ਵੀਰ ਜੀ, ਥਣ ਠੀਕ ਹੈ। ਸੌ ਕਿਲੋਮੀਟਰ ਤੱਕ ਜਿਹੜੀ 26000 ਚ ਕਹਿੰਦੇ ਕਿ ਉਹਦੀ ਪਹੁੰਚ ਕਰ ਦਿਆਂਗੇ। ਦੁੱਧ ਮੌਕੇ 'ਤੇ ਜਿਹੜਾ 10 ਲੀਟਰ ਦੱਸਦੇ ਆ, ਅੱਗੇ ਚਵਾ ਕੇ ਖੜਨੀ ਤੁਹਾਡੀ ਜ਼ਿੰਮੇਵਾਰੀ। ਅਤੇ ਹੁਣ ਐਂਡ 'ਤੇ ਆ ਗਈ ਜਿਹੜੀ ਇੱਕ ਹੋਰ ਹੈ, ਬੱਚੇ ਤੋਂ ਬਗੈਰ ਤੁਹਾਨੂੰ ਦਿਖਾਉਣੀ ਹੈ। ਬਾਕੀ ਥਣਾਂ ਦਾ ਸਾਈਜ਼ ਗੈਪ ਦੇਖ ਸਕਦੇ, ਕਾਫੀ ਦੂਰ ਦੂਰ ਆ। ਦੇਖਣ 'ਚ ਉਸ ਤਰ੍ਹਾਂ ਜਿਹੜੀ ਚੰਗੇ ਰਿਕਾਰਡ ਵਾਲੀ ਜਾਪਦੀ ਆ। ਕਿੰਨਾ ਜੇ ਦੁੱਧ ਵਿੱਚ ਇਹਦੇ ਕੋਲ? ਸਰ ਵਿਜੇ ਦੇ ਥੱਲੇ ਦੁੱਧ ਹੈਗਾ ਜੋ 7 ਕਿਲੋ, 7 ਲੀਟਰ, ਆਪਾਂ 6 ਲੀਟਰ ਦੀ ਗਰੰਟੀ ਦੇਣੀ ਹੈ। ਅੱਛਾ, ਹਾਂਜੀ ਹਾਂਜੀ। ਤੇ ਗਾਂ ਬਣੀ ਕਿ ਨਹੀਂ? ਇਹ ਹਰ ਵਿੱਚ ਬਣੀ, ਮੰਨ ਲਓ ਵੀ 2 ਮਹੀਨੇ ਤੋਂ ਘੱਟ ਆ। ਅੱਛਾ, ਖੋਲੋ ਹਾਂ ਫਿਰ ਤੋਰ ਦੀ ਇਹਨਾਂ ਵੀ ਇੱਕ ਵਾਰੀ। ਚਿਹਰਾ ਦੇਖ ਸਕਦੇ ਕਾਫੀ ਸਮਾਂ। ਸੂਆ ਕਿੰਨਾ ਜੇ? ਤਾਂ ਦੂਜਾ ਰੁਪਏ ਜੀ, ਦੂਸਰਾ ਸੂਆ ਜੇ ਹੁਣ ਇਹਦਾ। ਮੌਕੇ 'ਤੇ ਦੁੱਧ ਜਿਹੜਾ 6-7 ਲੀਟਰ ਹੀ ਆ ਇਹਦੇ ਕੋਲ। ਅਤੇ ਇਹਦਾ ਕੀ ਮੁੱਲ ਜੇ ਵਿੱਚ? 1000 ਰੁਪਏ ਜੀ ਨਿਕਲ ਆਵੇ ਸੂਣ ਵਾਲੀ। ਹਾਂਜੀ, ਫਿਰ ਤਾਂ ਹੈਗੀ 30000 ਦੀ। ਹਾਂਜੀ ਹਾਂਜੀ, ਹੁਣ ਹਰ ਰੁਪਏ ਜੀ ਆਪਾਂ ਚੈੱਕ ਨਹੀਂ ਕਰਾਈ। ਠੀਕ ਹੈ, ਹੁਣ ਆਪਾਂ ਦੇਵਾਂਗੇ 13000 ਦੀ। 13000 ਦੀ ਹੋ ਜੂ ਮਨ ਤਾਂ ਵਿੱਚ? ਹੋਰ 1000 ਛੱਡ ਦਾਂਗੇ, 12000 ਦੀ ਦੇ ਦਾਂਗੇ। ਤੇ ਇਹਦੇ 'ਤੇ ਨਹੀਂ ਪਹੁੰਚ ਵਿੱਚ? ਨਹੀਂ ਪਹੁੰਚ ਨਹੀਂ ਹੋਣੀ ਵਿੱਚ, ਇਹਦੀ ਪਹੁੰਚ ਵੱਖਰੀ ਆ ਅਤੇ ਬਾਕੀ ਦੋਵਾਂ ਦੀ ਪਹੁੰਚ ਵਿੱਚ। ਦੋਵਾਂ ਦੇ ਵਿੱਚ ਹੋਊਗੀ, ਇਹਦੀ ਵੱਖਰੀ ਹੋ ਗਈ। ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ, ਵੇਖ ਚਾਖ ਕੇ ਆਪਣੀ ਸਮਝ ਦੇ ਹਿਸਾਬ ਨਾਲ ਆਪਣੀ ਜ਼ਿੰਮੇਵਾਰੀ 'ਤੇ ਪਸ਼ੂ ਖੜ੍ਹੇ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।